ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸਾਇੰਸ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸਾਇੰਸ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਅਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ। ਜਿਹਨਾਂ ਦੋਸਤਾਂ ਨੇ ਜਨਾਬ, ਮੇਰਾ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜਿਹਨਾਂ ਮੇਰੇ ਦੋਸਤਾਂ ਨੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਜਨਾਬ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਇੱਕ ਬੈਲ ਦਾ ਬਟਨ ਹੈ ਉਹਨੂੰ ਵੀ ਲਾਜ਼ਮੀ ਓਕੇ ਕਰਨਾ ਹੈ, ਅਤੇ ਰੈੱਡ ਜਿਹੜਾ ਬਟਨ ਹੈ ਨਿਸ਼ਾਨ ਉਹਨੂੰ ਵੀ ਲਾਜ਼ਮੀ ਓਕੇ ਕਰਨਾ ਹੈ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਟਾਈਮ 'ਤੇ ਮੈਸੇਜ ਪਹੁੰਚ ਸਕੇ ਅਤੇ ਤੁਸੀਂ ਜਨਾਬ ਉਹ ਵੀਡੀਓ ਵੇਖ ਸਕੋ। ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ, ਮੇਰੀ ਖੱਬੀ ਸਾਈਡ 'ਤੇ ਮੱਝ ਖੜੀ ਮਾਸ਼ਾਅੱਲਾ। ਹੁਣ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਜਨਾਬ ਇਹ ਮੱਝ ਵਿਖਾਵੇਗਾ। ਇਹ ਜਨਾਬ ਪਹਿਲਾਂ ਝੋਟੀ ਏ, ਬਾਕੀ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਮਾਲਕ ਨਾਲ ਕਰਾਂਗੇ ਕਿ ਮਾਲਕ ਕੀ ਕਹਿੰਦਾ, ਗਰੰਟੀਆਂ ਮਾਲਕ ਉਹ ਲਵਾਂਗੇ। ਇਹ ਵਾਕਿਆ ਹੀ ਪਹਿਲਾਂ ਸੂਆ ਹੈ ਜਾਂ ਕਿੰਨੇ ਦਿਨਾਂ ਦੀ ਸੂਈ ਪਿੱਛੇ ਕੱਟੀ ਕਿ ਕੱਟਿਆ, ਜਾਂ ਹਰ ਮੌਕੇ ਕਿੰਨਾ ਦੁੱਧ ਕਰਦੀ ਪਈ ਹੈ। ਇਹ ਜਨਾਬ ਮਾਲਕ ਦਾ ਨੰਬਰ ਵੀ ਵਿੱਚ ਦੇਣਾ, ਮਾਲਕ ਨਾਲ ਵੀ ਤੁਸੀਂ ਰਾਬਤਾ ਕਰ ਸਕਦੇ ਹੋ, ਤੁਸੀਂ ਮੇਰੇ ਨਾਲ ਵੀ ਰਾਬਤਾ ਕਰ ਸਕਦੇ ਹੋ। ਲੋਕੇਸ਼ਨ ਮੇਰੀ ਆਰਫ ਵਾਲੇ ਦੀ, ਨੰਬਰ ਮੇਰਾ 0304-79-7776। ਡਾਇਰੈਕਟ ਤੁਸੀਂ ਜਨਾਬ ਮਾਲਕ ਨਾਲ ਵੀ ਗੱਲ ਕਰ ਸਕਦੇ ਹੋ। ਲੋਕੇਸ਼ਨ ਮੇਰੀ ਆਰਫ ਵਾਲੇ ਦੀ, ਔਰ ਇਨਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਦੇਣੇ ਨੇ, ਮਾਸ਼ਾਅੱਲਾ ਦੇ ਕਮੈਂਟ ਦਿਓਗੇ ਤੁਹਾਡਾ ਵੀ ਫਾਇਦਾ, ਇਹਦੇ 'ਚ ਮੇਰਾ ਵੀ ਫਾਇਦਾ, ਕੰਮ ਦੇ ਵਿੱਚ ਬਰਕਤ ਹੋ ਜਾਂਦੀ। ਕੈਮਰਾਮੈਨ ਸਾਹਿਬ ਸੱਲੀਆਂ ਕਰਾਓ ਸਮਾਜ ਦੀਆਂ। ਕੈਮਰਾਮੈਨ ਸਾਹਿਬ ਇਹਦੀ ਕਰਾਓ ਤਸੱਲੀ। ਇਹ ਜਨਾਬ ਚਿੱਟੀ ਅੱਖ ਹੈ ਸਮਾਜ ਦੀ, ਬਿੱਲੀਆਂ ਅੱਖਾਂ ਇਹਨੂੰ ਕਹਿੰਦੇ ਨੇ, ਬਿਲਕੁਲ ਸਫੈਦ ਅੱਖ ਹੈ, ਖੁੰਡਾ ਸਿੰਘ ਹੈ, ਠੰਡ ਚੱਡੇ ਦੀ। ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀ ਕਰਾਵੇਗਾ ਜਨਾਬ। ਮਾਸ਼ਾਅੱਲਾ ਦੇ ਕਮੈਂਟ ਦਿਆ ਕਰੋ ਅਤੇ ਮੇਰੇ ਚੈਨਲ ਨੂੰ ਜਨਾਬ ਲਾਜ਼ਮੀ ਸਬਸਕ੍ਰਾਈਬ ਕਰੋ। ਕੈਮਰਾਮੈਨ ਸਾਹਿਬ ਇਸ ਮਾਈਕ ਦੀ ਕਰਾਓ ਜਨਾਬ ਤਸੱਲੀ। ਨੌਜਵਾਨ ਛੱਡੋ ਇਹਨੂੰ, ਅਜ਼ਾਨ ਵੀ ਹੋਣ ਲੱਗਤੀ। ਕੈਮਰਾਮੈਨ ਸਾਹਿਬ ਇਹਦੀ ਚਲਦੀ ਫਿਰਦੀ ਦੀ ਬਣਾਓ ਤਾਂ ਕਿ ਲੱਤਾਂ ਲੁੱਤਾਂ ਚੈੱਕ ਹੋ ਜਾਣ। ਛੱਡ ਦਿਓ, ਪਿੱਛੋ ਛੱਡ ਦਿਓ, ਜਿਵੇਂ ਜਾਣ ਦਿਓ ਬੱਚੇ, ਤੁਰਨ ਦਿਓ ਜਿੱਥੇ ਜਾਂਦੀ ਜਾਣ ਦਿਓ, ਬੱਚੇ 'ਤੇ ਜਾਣਾ। ਕੈਮਰਾਮੈਨ ਸਾਹਿਬ ਬੱਚਾ ਵਿਖਾ ਲਓ, ਬੱਚੇ ਨੂੰ ਥੱਲੀ ਨਾਲ ਟੇਢਾ ਕਰ, ਮਾਝ ਦੇ ਮਗਰ ਮਗਰ ਜਾਓ ਵਿਖਾਓ ਤੇਰਾ ਮਾਝ। ਚੰਗੀ ਤਰ੍ਹਾਂ ਵਿਖਾ ਰਹਾ ਇਹਨੂੰ, ਕਰ ਦਿਓ ਜੀ ਫਿਰ ਉੱਧਰ ਜਾਵੇ, ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ ਜਾਣ ਦਿਓ ਛੱਡ ਦਿਓ ਛੱਡ ਦਿਓ ਕਰਨਾ ਜੀ। ਬਰੇਕੀਆਂ ਬੜੀਆਂ ਨੇ ਮਾਸ਼ਾਅੱਲਾ, ਪਸ਼ਮ ਵਾਲੀ ਮੱਝ ਹੈ ਜਨਾਬ ਇਸ ਮੱਝ ਦੀਆਂ। ਇਹ ਜਨਾਬ ਮਾਲਕ ਨਾਲ ਗੱਲਾਂ ਕਰਾਂਗੇ ਕਿ ਭਾਈ ਜੀ ਇਹ ਕਿਹੜੀ ਨਸਲ ਹੈ, ਇਹਦਾ ਕੀ ਹਿਸਾਬ ਕਿਤਾਬ ਹੈ, ਕੀ ਨਹੀਂ, ਇਹ ਜਨਾਬ ਪੁੱਛਾਂਗੇ ਮਾਲਕ ਕੋਲੋਂ।
ਅਗਲੇ ਪਾਸੇ ਥਣ ਵਿਖਾ ਦੇਣਾ ਬੈਕ ਨਹੀਂ ਮੇਰੇ ਬੇਲੀ ਆਉਂਦੇ ਨੇ ਭਾਈ ਮਦਰ ਯਾਰ ਅਗਲਾ ਪਾਸਾ ਤੂੰ ਵਿਖਾਉਂਦਾ ਹੀ ਨਹੀਂ ਠੀਕ ਹੋ ਗਿਆ ਆਪਣੀ ਮੱਝ ਜਿਹੜੀ ਕਿੰਨਵਾਂ ਸਵਾਸ ਹੋਈ ਪਹਿਲਾ ਸਵਾਸ ਹੋਈ ਪੱਕੀ ਗੱਲ ਹੋਵੇ ਪੱਕੀ ਗੱਲ ਨੰਬਰ ਮੈਂ ਤੁਹਾਡੇ ਦੇਣਾ ਤੁਸੀਂ ਜਾਣਿਆ ਜੇ ਮੇਰੇ ਬੇਲੀ ਜਾਣ ਇਨਸ਼ਾਅੱਲਾ ਆਪੇ ਰੌਲਾ ਪੈਂਦਾ ਰਹੇਗਾ ਤੁਹਾਡਾ ਠੀਕ ਹੋ ਗਿਆ ਜਨਾਬ ਜੀ ਠੀਕ ਕਈ ਮੇਰੇ ਬੇਲੀ ਆਉਂਦੇ ਨੇ ਭਾਈ ਮਦਰ ਯਾਰ ਤੂੰ ਮਾਲਕ ਦਾ ਨੰਬਰ ਨਹੀਂ ਦੇਣਾ ਮਾਲਕ ਦਾ ਨੰਬਰ ਦੇ ਦਿਆ ਕਰ ਤੇ ਮੈਨੂੰ ਨੰਬਰ ਦੇਣ 'ਚ ਕੀ ਇਤਰਾਜ਼ ਬਿਲਕੁਲ ਜੀ ਚੀਜ਼ ਤਾਂ ਮਾਲਕ ਦੀ ਮੇਰੇ ਦੋਸਤਾਂ ਲੈਣੀ ਮਾਲਕ ਵੇਚਣੀ ਮੈਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਮੈਨੂੰ ਬਲਕਿ ਖੁਸ਼ੀ ਹੁੰਦੀ ਨਹੀਂ ਨਹੀਂ ਇਸ ਗੱਲ ਤੁਹਾਡਾ ਵੈਸੇ ਵੀ ਰਿਕਾਰਡ ਆ ਅਲਹਮਦੁਲਿਲਾ ਸਾਫ਼ ਸੁਥਰਾ ਹੀ ਕੰਮ ਤੇ ਬਿਲਕੁਲ ਸਾਫ਼ ਸੁਥਰਾ ਹੀ ਕਰੀਦਾ ਇਨਸ਼ਾਅੱਲਾ ਅੱਲਾਹ ਦਾ ਦਿੱਤਾ ਸਾਰਾ ਕੁਛ ਹੈਗਾ ਅਲਹਮਦੁਲਿਲਾ ਅੱਛਾ ਜੀ ਇਹ ਕਿੰਨਵਾਂ ਸੁਬਾਹ ਪਹਿਲਾ ਸੁਬਾਹ ਜੀ ਪਹਿਲਾ ਸੁਬਾਹ ਠੀਕ ਹੋ ਗਿਆ ਜੀ ਜੈਨਮਨ ਜੈਨਮਨ ਹਾਂ ਗੱਲ ਹੋਣੀ ਚਾਹੀਦੀ ਭਾਈ ਅਸਗਰ ਜੈਨਮਨ ਭਾਜੀ ਬੰਦਾ ਉਹਦੇ ਉੱਤੇ ਆ ਕੇ ਇਹਦੀ ਲੈਬਾਰਟਰੀ ਕਰਾ ਲਵੇ ਕਮਾਈ ਪਹਿਲਾਂ ਕਿ ਪਹਿਲਾਂ ਠੀਕ ਹੋ ਗਿਆ ਕਿੰਨੇ ਦਿਨ ਹੋ ਗਏ ਸੋਈ ਨੂੰ ਅੱਜ ਇਹਨੂੰ 15 ਤੋਂ 16 ਦਿਨ ਹੋ ਗਏ 15 ਤੋਂ 16 ਦਿਨ ਹੋ ਗਏ ਸੋਈ ਨੂੰ ਠੀਕ ਹੋ ਗਿਆ ਇਹਨੇ ਮਗਰ ਕੀ ਭਾਈ ਕੱਟਾ ਜੀ ਮਗਰ ਕੱਟਿਆ ਠੀਕ ਹੋ ਗਿਆ ਸਰ ਜੀ ਇਹ ਨਸਲ ਕਿਹੜੀ ਭਲਾ ਇਹ ਨੀਲੀ ਦਾ ਬ੍ਰਾਂਡ ਹੈ ਪੱਕੀ ਗੱਲ ਹੈ ਜੈਨਮਨ ਨੀਲੀ ਜੀ ਇਹਦੀ ਵੀ ਲੈਬਾਰਟਰੀ ਹੋ ਜਾਂਦੀ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਨੀਲੀ ਦੀਆਂ ਕੋਈ ਲੋਕੀ ਸਾਰਿਆਂ ਦੇ ਨੀਲੀ ਦੀਆਂ ਇਹ ਨਿਸ਼ਾਨੀਆਂ ਤਾਂ ਮੈਨੂੰ ਕੋਈ ਦੱਸੋ ਕੋਈ ਇੱਕ ਦੋ ਜਿਹੜੀਆਂ ਹੁੰਦੀਆਂ ਨੇ ਬਾਜੀ ਨਾ ਮਜਾ ਨਾ ਪੁੱਠਾ ਸੋਹਣਾ ਹੁੰਦਾ ਅੱਛਾ ਪੁੱਠਾ ਸੋਹਣਾ ਹੁੰਦੀ ਆ ਇਹ ਕੱਡੀ ਹੁੰਦੀ ਠੀਕ ਹੋ ਗਿਆ ਠੀਕ ਹੈ ਮਾਈ ਲੰਮੀ ਚੰਗੀ ਹੁੰਦੀ ਅੱਖਾਂ ਚਿੱਟੀਆਂ ਸਫੈਦ ਹੁੰਦੀਆਂ ਅੱਛਾ ਨੀ ਗੋਲੀ ਤੋਂ ਮਾਈ ਬੱਚੀ ਹੁੰਦੀ ਵੱਖੀ ਮਾਈ ਦੀ ਛੋਟੀ ਹੁੰਦੀ ਆ ਅੱਛਾ ਠੀਕ ਜਿਵੇਂ ਜਿਵੇਂ ਮਾਈ ਨੂੰ ਕੋਈ ਇਹਦੀ ਖੇਚਲ ਸੇਵਾ ਕਰਦਾ ਉਂਝ ਹੀ ਦੁੱਧ ਵੱਧਦੀਆਂ ਠੀਕ ਹੋ ਗਿਆ ਚਮੜੀ ਇਹਨਾਂ ਦੀ ਬਿਲਕੁਲ ਬਰੀਕ ਹੁੰਦੀ ਜਿਵੇਂ ਚਮੜੀ ਬਰੀਕ ਹੁੰਦੀ ਠੀਕ ਹੋ ਗਿਆ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਆਪਣੀ ਮੱਝ ਆਸ ਟਾਈਮ ਦੁੱਧ ਦੇ ਰਹੀ ਹੈ ਉਹਨਾਂ ਹੀ ਦੱਸਣਾ ਜਿੰਨਾ ਦੇਰੀ ਹੋਵੇ ਜੀ ਠੀਕ ਬੱਚੇ ਸਮੈਤ ਕਿੰਨਾ ਹੈ ਤੇ ਬੱਚੇ ਨੂੰ ਪਿਆ ਕੇ ਕਿੰਨਾ ਦੋਵੇਂ ਦੱਸ ਦਿਓ ਭਾਜੀ ਇਹ 14 ਲੀਟਰ ਮਾਈ ਕੋ ਦੁੱਧ ਹੈ ਜੀ 14 ਲੀਟਰ ਬੱਚੇ ਸਮੈਤ ਸਮੈਤ ਹਾਂਜੀ ਬੱਚੇ ਸਮੈਤ 14 ਲੀਟਰ 14 ਲੀਟਰ ਠੀਕ ਹੋ ਗਿਆ ਅਗਰ ਕੋਈ ਮੇਰਾ ਬੇਲੀ ਚੋਵੇ 2-4 ਟਾਈਮ ਤੁਹਾਨੂੰ ਕੋਈ ਤਰਾਜ਼ ਨਹੀਂ ਬਿਲਕੁਲ ਚਵਾ ਸਕਦੇ ਹੋ ਚਵਾ ਸਕਦੇ ਠੀਕ ਹੋ ਗਿਆ ਪਿਆਰ ਮੁਹੱਬਤ ਵਾਲਾ ਮੁੱਲ ਕਰਨਾ ਹੈ ਬਹੁਤੀਆਂ ਛਾਲਾਂ ਨਹੀਂ ਮਾਰਨੀਆਂ ਮੁੱਲ ਮਕੂਲ ਮੰਗਿਆ ਕਰੋ ਕਿਉਂਕਿ ਮਕੂਲ ਮੁੱਲ ਮੰਗੋਗੇ ਤਾਂ ਜਾਨਵਰ ਸੇਲ ਹੋ ਜਾਂਦਾ ਹੈ ਅਗਰ ਮੁੱਲ ਜ਼ਿਆਦਾ ਕਰੋਗੇ ਤਾਂ ਜਾਨਵਰ ਫਿਰ ਸੇਲ ਨਹੀਂ ਹੁੰਦਾ ਮਕੂਲ ਜਾਂ ਮੁੱਲ ਕਰੋ ਵੀਡੀਓ ਤੇ ਭਾਜੀ ਦਾ 2,20,000 ਰੁਪਇਆ ਫਾਈਨਲ ਚ ਹੈ ਜੀ 2,20,000 2,20,000 ਅੱਛਾ ਵੈਸੇ ਲਾਈਵ 2.5 ਲੱਖ ਲੋਕਾਂ ਕੋ ਮੰਗਨੇ ਆ ਜਿਹੜਾ ਇੱਥੇ ਆਉਂਦਾ ਨਾ ਜੀ ਅੱਛਾ ਉਹਦਾ 2.5 ਲੱਖ ਰੁਪਇਆ ਕਰਨੇ ਅੱਛਾ ਉਹਦਾ 2.5 ਲੱਖ ਕਿਆ ਮਕੂਲ ਜਾਂ ਮੁੱਲ ਮਕੂਲ ਮਕੂਲ ਕਿਉਂਕਿ ਬੰਦੇ ਯਾਰ ਮੁੱਲ ਹੀ ਬੜਾ ਕਰ ਲੈਂਦੇ ਨੇ ਸਾਨੂੰ ਮੁੜ ਕੇ ਫੋਨ ਨਹੀਂ ਆਉਂਦਾ ਤੇ ਫਿਰ ਉਹ ਸਾਡਾ ਚੈਨਲ ਜਿਹੜਾ ਨਾ ਨਹੀਂ ਉਹ ਚੱਸ ਕੰਮ ਰਹਿੰਦੀ 2,20,000 ਰੁਪਇਆ ਅੱਛਾ 2,20,000 ਰੁਪਇਆ ਜੀ ਤੇ ਨੰਬਰ ਬੋਲੋ ਹੁਣ ਜ਼ਰਾ ਆਪਣਾ 0300 ਜੀ 567-2355 ਦੁਬਾਰੇ ਬੋਲੋ 0300-567-2355 ਲਓ ਜਨਾਬ ਭਾਈ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਨੇ ਮੇਰੀਆਂ ਵੀ ਸੁਣ ਲਈਆਂ ਨੇ ਨੰਬਰ ਵੀ ਭਾਈ ਦਾ ਵਿੱਚ ਸੇਫ ਹੈ ਜਨਾਬ ਮੇਰਾ ਨੰਬਰ ਨਹੀਂ ਮੇਰਾ ਵੀ ਵੈਸੇ ਤੁਹਾਡੇ ਕੋਲ ਨੰਬਰ ਹੁੰਦਾ ਅਗਰ ਮੇਰੇ ਨਾਲ ਰਾਬਤਾ ਕਰਨਾ ਚਾਹੋ ਤਾਂ ਮੇਰੇ ਨਾਲ ਵੀ ਕਰ ਸਕਦਾ ਜੇ ਭਾਈ ਅਸਗਰ ਨਾਲ ਕਰਨਾ ਚਾਹੋ ਤਾਂ ਜਨਾਬ ਕੋਈ ਮਸਲਾ ਨਹੀਂ ਤੁਸੀਂ ਇਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ